ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਪੰਜਾਬ ਵੈਦਰ ਤੇ ਸਵਾਗਤ ਹੈ ਤੁਹਾਡਾ ਸਭ ਦਾ ਸੋ ਮੌਸਮ ਦੀ ਗੱਲ ਕਰਦੇ ਅੱਜ ਦੀ ਇਸ ਵੀਡੀਓ ਵਿੱਚ ਆਪਾਂ 11 ਤੋਂ ਲੈ ਕੇ 20 20 ਨਵੰਬਰ ਤੱਕ ਕੀ ਇਹ 10 ਦਿਨਾਂ ਵਿੱਚ ਕੀ ਮੌਸਮ ਦੀ ਹਲਚਲ ਹੋਵੇਗੀ 20 ਨਵੰਬਰ ਤੱਕ ਕੀ ਮੌਸਮੀ ਗਤੀਵਿਧੀਆਂ ਹੋਣਗੀਆਂ ਬੱਦਲਬਾਹੀ ਹਵਾਵਾਂ ਤਾਪਮਾਨ ਤੋਂ ਲੈ ਕੇ ਕਦੋਂ ਕੋਈ ਸਿਸਟਮ ਪਹੁੰਚ ਰਿਹਾ ਨੇ ਪੰਜਾਬ ਉੱਪਰ ਉਹਦਾ ਕੀ ਅਸਰ ਰਹੇਗਾ ਇਹ ਸਾਰੀ ਅਪਡੇਟ ਤੁਹਾਡੇ ਨਾਲ ਸਾਂਝੀ ਕਰਾਂਗੇ ਸੋ ਪਹਿਲਾ ਤਾਜ਼ਾ ਸੈਟਲਾਈਟ ਤਸਵੀਰ ਦੇਖ ਰਹੇ ਹਾਂ ਕਿ ਜੋ ਜਿਹੜਾ ਸਿਸਟਮ ਬਣਿਆ ਹੋਇਆ ਸੀ ਲਗਭਗ 8 ਤੇ 9 ਨਵੰਬਰ ਤੋਂ ਜਿਹਦੇ ਚਲਦੇ ਬੱਦਲਵਾਈ ਪੰਜਾਬ ਦੇ ਵਿੱਚ ਦੇਖਣ ਨੂੰ ਮਿਲ ਰਹੀ ਸੀ ਇੱਕ ਦੋ ਭਾਗਾਂ ਵਿੱਚ ਹਲਕੀ ਫੁਲਕੀ ਕੇਨਮਣ ਵੀ ਹੋਈ ਸੀ ਤਾਂ ਇਸ ਦਾ ਜਿਹੜਾ ਹੁਣ ਪ੍ਰਭਾਵ ਆ ਜ਼ਿਆਦਾਤਰ ਹਿੱਸਾ ਪੰਜਾਬ ਦੇ ਉੱਪਰ ਤੋਂ ਗੁਜ਼ਰ ਚੁੱਕਿਆ ਹੈ ਲਗਭਗ ਅੱਜ ਦੁਪਹਿਰ ਦੇ ਆਸ-ਪਾਸ ਤੱਕ ਥੋੜੀ-ਬਹੁਤ ਟੁੱਟਵੀਂ ਬੱਦਲਵਾਈ ਕੁਝ ਹਿੱਸਿਆਂ ਵਿੱਚ ਦੇਖਣ ਨੂੰ ਮਿਲੂਗੀ ਤੇ ਉਸ ਤੋਂ ਬਾਅਦ ਜਿਹੜਾ ਸਿਸਟਮ ਪੂਰੀ ਤਰ੍ਹਾਂ ਅੱਗੇ ਨਿਕਲ ਜਾਵੇਗਾ ਤੇ ਫਿਰ ਪੰਜਾਬ ਦਾ ਜਿਹੜਾ ਮੌਸਮ ਹੈ 11 ਨਵੰਬਰ ਤੋਂ ਬਿਲਕੁ ਤੇ ਇਸ ਦੇ ਨਾਲ ਹੀ ਉੱਤਰ ਪੱਛਮੀ ਹਵਾਵਾਂ ਲਗਾਤਾਰ ਆਉਣ ਵਾਲੇ ਲਗਭਗ 5-7 ਦਿਨਾਂ ਤੱਕ ਚੰਗੀ ਰਫਤਾਰ ਤੇ ਚਲਦੀਆਂ ਰਹਣਗੀਆਂ ਤੇ ਇਸ ਤੋਂ ਬਿਨਾਂ ਗੱਲ ਕਰੀਏ ਪੰਜਾਬ ਵਿੱਚ ਫਿਲਹਾਲ ਕੋਈ ਨਵੰਬਰ ਮਹੀਨੇ ਦੇ 11 ਤੋਂ ਲੈ ਕੇ 17-18 ਨਵੰਬਰ ਤੱਕ ਕੋਈ ਜ਼ਿਆਦਾ ਕੋਈ ਵੱਡਾ ਸਿਸਟਮ ਨਹੀਂ ਆ ਰਿਹਾ ਜਿਹੜਾ ਪੰਜਾਬ ਦੇ ਮੌਸਮ ਨੂੰ ਪ੍ਰਭਾਵਿਤ ਕਰ ਸਕੇ ਸੋ ਪੰਜਾਬ ਦਾ ਮੌਸਮ ਹੈਡ ਲਗਭਗ 18 ਨਵੰਬਰ ਤੱਕ ਬਿਲਕੁਲ ਸਾਫ਼ ਤੇ ਖੁਸ਼ਕ ਰਹਿਣ ਦੇ ਹੀ ਅਸਰ ਬਣੇ ਹੋਏ ਨੇ ਤੇ ਬਾਕੀ ਜੇਕਰ ਇਹਨਾਂ ਦੇ ਨਾਲ ਵਿੱਚ ਕੋਈ ਅਚਾਨਕ ਛੋਟੀ ਮੋਟੀ ਗਤੀਵਿਧੀ ਹੋਣ ਦੇ ਅਸਰ ਬਣਨਗੇ ਤਾਂ ਉਸ ਦੀ ਜਾਣਕਾਰੀ ਵੀ ਸਮੇਂ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚਦੀ ਕਰ ਦਿੱਤੀ ਜਾਵੇਗੀ ਤੇ ਜੋ ਦਿਨ ਦਾ ਟੈਂਪਰੇਚਰ ਰਹੇਗਾ ਉਹ ਫਿਲਹਾਲ ਜਿਹੜਾ ਹੁਣ 1-2 ਡਿਗਰੀ ਹੋਰ ਉਹਦੇ ਵਿੱਚ ਕਮੀ ਆਵੇਗੀ ਤੇ 15 ਨਵੰਬਰ ਤੱਕ ਜਿਹੜਾ ਟੈਂਪਰੇਚਰ ਹੈ ਉਹ ਲਗਭਗ 25 ਤੋਂ 26-27 ਡਿਗਰੀ ਰਹੇਗਾ ਤੇ 15 ਨਵੰਬਰ ਤੋਂ ਬਾਅਦ 1 ਡਿਗਰੀ ਦੇ ਆਸ-ਪਾਸ ਹੋਰ ਘੜਾਵਟ ਹੋਵੇਗੀ ਤੇ 24 ਤੋਂ 26 ਤੱਕ ਤਾਪਮਾਨ ਦੰਦਾ ਹੋ ਜਾਵੇਗਾ ਅਤੇ ਰਾਤ ਦਾ ਤਾਪਮਾਨ ਵੀ ਆਪਾਂ ਨੂੰ 18-20 ਨਵੰਬਰ ਦੇ ਆਸ-ਪਾਸ ਤੱਕ ਜਿਹੜਾ ਘੱਟੋ-ਘੱਟ ਹੋਵੇਗਾ 12 ਤੋਂ ਲੈ ਕੇ 14 ਡਿਗਰੀ ਤੱਕ ਦਰਜ ਕੀਤਾ ਜਾ ਸਕਦਾ ਹੈ। ਤੇ ਉਸ ਤੋਂ ਬਾਅਦ 19-20 ਨਵੰਬਰ ਦੇ ਆਸ-ਪਾਸ ਇੱਕ ਜਿਹੜਾ ਪਛ ਪਹਾੜੀ ਇਲਾਕਿਆਂ ਵਿੱਚ ਇੱਕ ਹੋਰ ਪੱਛਮੀ ਸਿਸਟਮ ਪਹੁੰਚ ਰਿਹਾ ਉਹਦਾ ਪ੍ਰਭਾਵ ਪੰਜਾਬ ਦੇ ਉੱਪਰ ਕੁਝ ਹਲਕਾ ਦਰਮਿਆਨਾ ਦੇਖਣ ਨੂੰ ਆਪਾਂ ਨੂੰ ਮਿਲ ਸਕਦਾ ਹੈ। ਪੰਜਾਬ ਦੇ ਵਿੱਚ ਆਪਾਂ ਨੂੰ 20 ਜਾਂ 21 ਨਵੰਬਰ ਦੇ ਆਸ-ਪਾਸ ਬੱਦਲਵਾਈ ਦੀਆਂ ਗਤੀਵਿਧੀਆਂ ਦੇਖਣ ਨੂੰ ਮਿਲ ਸਕਦੀਆਂ ਨੇ ਤੇ ਹੋ ਸਕਦਾ ਹੈ ਕਿ ਇੱਕ ਦੋ ਇਲਾਕਿਆਂ ਵਿੱਚ ਜਿਹੜੇ ਪੰਜਾਬ ਦੇ ਕੁਝ ਪੱਛਮੀ ਤੇ ਉੱਤਰੀ ਭਾਗ ਨੇ ਉਹਨਾਂ ਵਿੱਚ ਹੋ ਸਕਦਾ ਹੈ ਕਿ ਥੋੜਾ-ਬਹੁਤ ਹਲਕੀਆਂ-ਫੁਲਕੀਆਂ ਮੀਂਹ ਦੀਆਂ ਗਤੀਵਿਧੀਆਂ ਜਾਂ ਕਿੰਡਵਣ ਦਾ ਮਾਹੌਲ ਵੀ ਬਣ ਸਕਦਾ ਹੈ। ਜਿਸ ਦੀ ਜਿਹੜੀ ਅਸਲ ਜਾਣਕਾਰੀ ਹੋਵੇਗੀ ਸਟੀਕ ਉਹ ਆ ਗਿਆਰਾਂ ਤੋਂ ਲੈ ਕੇ ਲਗਭਗ 18-19 ਨਵੰਬਰ ਤੱਕ ਪੰਜਾਬ ਦਾ ਮੌਸਮ ਸਾਫ਼ ਤੇ ਖੁਸ਼ਕੀ ਬਣਿਆ ਰਹੇਗਾ ਤੇ ਉਸ ਤੋਂ ਬਿਨਾਂ ਜੇਕਰ ਗੱਲ ਕਰੀਏ ਜਿਹੜਾ ਮੌਸਮ ਥੋੜਾ ਜਿਹਾ ਧੁੰਦਲਾ ਹੈ ਧੂਆਂ ਆਇਆ ਹੈ ਧੂਆ ਬਣਿਆ ਹੋਇਆ ਹੈ ਇਹ ਫਿਲਹਾਲ ਹਲੇ ਆਉਣ ਵਾਲੇ 5-4 ਦਿਨਾਂ ਤੱਕ ਕਿਸੇ ਤਰ੍ਹਾਂ ਜਾਰੀ ਰਹੇਗਾ ਜਦੋਂ ਨਿਰੰਤਰ ਪੱਛਮੀ ਹਵਾਵਾਂ ਦੀ ਵਾਪਸੀ ਹੋ ਜਾਵੇਗੀ ਥੋੜੀ ਜੀ ਤੇਜ਼ ਰਫਤਾਰ ਦੇ ਤਾਂ ਉਸ ਤੋਂ ਬਾਅਦ ਥੋੜਾ ਬਹੁਤ ਇਹਦਾ ਅਸਰ ਹੋਣਗੇ ਕਿ ਮੌਸਮ ਥੋੜਾ ਜਿਹਾ ਸੁਧਰੇਗਾ ਮੌਸਮ ਸਾਫ਼ ਹੋਵੇਗਾ ਤੇ ਫਿਲਹਾਲ ਹਾਲ ਜਿਹੜਾ ਧੂਆਂ ਹੈ ਬਣਿਆ ਹੋਇਆ ਵਾਤਾਵਰਨ ਦੇ ਵਿੱਚ ਹਾਲੇ ਫਿਲਹਾਲ ਆਉਣ ਵਾਲੇ 5-4 ਦਿਨਾਂ ਤੱਕ ਇਸੇ ਤਰ੍ਹਾਂ ਬਣਿਆ ਰਹੇਗਾ